ਜੀ ਗੁੱਡ ਆਫਟਰਨੂਨ ਜੀ ਕੀ ਹਾਲ ਚਾਲ ਆ ਸਾਰਿਆਂ ਦਾ ਤੇ ਅੱਜ ਦਾ ਵਲੌਗ ਆਫਟਰਨੂਨ ਚ ਤਾਂ ਸ਼ੂਟ ਹੋਣਾ ਕਿਉਂਕਿ ਇਸ ਮਾਰਨਿੰਗ ਦਾ ਕੋਈ ਸਾਡਾ ਚ ਇਰਾਦਾ ਨਹੀਂ ਸੀ ਵੀਡੀਓ ਬਣਾਉਣ ਦਾ ਕਿਉਂਕਿ ਬਣਾਉਣੀ ਹੈ ਹੀ ਨਹੀਂ ਸੀ ਹਾਂਜੀ ਡੌਨ ਸਾਹਿਬ ਠੀਕ ਹੈ ਉਹ ਪਤਾ ਨਹੀਂ ਕੀ ਚੱਕਰ ਸੀ ਅੱਜ ਸਵੇਰ ਦੇ ਸਾਤੋਂ ਉੱਠੇ ਨਹੀਂ ਹੋਇਆ ਯਾਰ ਸਿਰਦਰਦੀ ਹੋ ਗਈ ਆ ਤੇ ਤਾਂ ਕਰਕੇ ਚੱਲ ਕੋਈ ਗੱਲ ਨਹੀਂ ਕਰਨਾ ਪਤਾ ਹੀ ਹੈ ਸਾਰਿਆਂ ਨੂੰ ਸੋਹਣੇ ਆ ਠੀਕ ਆ ਤੇ ਅੱਜ ਰੈਡੀ ਅਸੀਂ ਤਾਂ ਹੋਏ ਹਾਂ ਕਿਉਂਕਿ ਅਸੀਂ ਚੱਲੇ ਆ ताने मीने मार दें जो मैं गड्डी लई सी मार दें ताने मीने मार दें मैं दसूंगा अज फिर करके कम ठीक है ठीक है चलो साढ़े घर गैसट आए हुए थे इदा कहीं दसने लगी थी पर पिछे रोक बेचारी नहीं असं जाना जो शहर थोड़े नाल चल जूगे उ ठीक है तो यार अच्छ पता नहीं दिल नहीं वीडियो बना चल वीडियो पेंड ही नहीं पर चलो फिर भी आ लाइट चल गई हमने हमने कप्तान साहब हमने कूलर के पिछे वह पखा नहीं बंद हो गया उ चल आ जा फिर कहने बापा हम रेडी हो तो हम आप बस चलने हाँ बड़ा बुरा आलसी कल बंदे नूं नहीं पीनी चाहिदी इन्नी ताई कहंदे ओ यार सिर दर्द उद्दे होण लग पंदा पहले हुंदा सी मेरे उत्ते पहाड़ियां जो हुंदा हुंदा सी अच्छा पहाड़ियां राती ज्यादा दिखी आउणियां ना हैना चाह नहीं पीती ना हां फिर जा मैं दिखी जावां मैं कह लो जी असीं व्लॉग एंड करदे पवने दे आए थे हुण असीं तुहानूं मिलदे आं पवने दे आए थे ते पवने ने इन्ने डैट आए आके मंजे ते था सवेरे जा गई इन्ने बजे माड़े शराबी ਹਾਏ ਆਜਾ ਪੁੱਤ ਲੱਸੀ ਪੀ ਲਾ ਤਾਂ ਹੀ ਕਹਿੰਦੇ ਹੁੰਦੇ ਬੰਦੇ ਨੂੰ ਪੀਣੀ ਨਹੀਂ ਚਾਹੀਦੀ ਅੱਛਾ ਮੈਂ ਪੀਣਾ ਨਹੀਂ ਤੂੰ ਦੇਖਦਾ ਮੈਂ ਪੀਣਾ ਕਿ ਦੱਸ ਤੂੰ ਕਿਤੇ ਕਿੰਨੇ ਸਾਲਾਂ ਬਾਅਦ ਗੱਲ ਕੀਤੀ ਹੋਣੀ ਚੱਲ ਚੱਲੀਏ ਫੇ ਆਪ ਲੇਟ ਬਹੁ ਹੁੰਨੇ ਪਈ ਚੱਕੋ ਕਪਤਾਨ ਸੇਰਾ ਬਸ ਕਰ ਹੁਣ ਮੇਰੇ ਤੇ ਵਲੌਗ ਬਣਾਉਣਾ ਸਾਰਾ ਮੈਂ ਇੱਥੇ ਹੀ ਬਣਾਉਣਾ ਸ਼ਰਾਬੀਆਂ ਤੇ ਬਣਾਉਣਾ ਵਲੌਗ ਅੱਜ ਅੱਛਾ ਜੀ ਹਾਂ ਉਹ ਕੀ ਕਰਦੇ ਆ ਨਜ਼ਰਾਂ ਨਹੀਂ ਬੁਲਾਉਣੀ ਅੱਜ ਬਾਬਨੇ ਤਾਂ ਇਦਾਂ ਨਾ ਕਹਿ ਕਹਿੰਦੇ ਬੀਤੀ ਹੋਣੀ ਕਹਿੰਦਾ ਦਾਰੂ ਪੀ ਜਾਂਦਾ ਹੈ ਮੈਂ ਨਹੀਂ ਪੀਂਦਾ ਝੂਠ ਬੋਲ ਰਿਹਾ ਹਾਂ ਪੁੰਨੇ ਨੇ ਕੱਲ ਪੀਤੀ ਹੋ ਮੈਂ ਤਾਂ ਕੋਕ ਹੀ ਪੀਤਾ ਸੀਗਾ ਮੈਂ ਨਹੀਂ ਪੀਤੀ ਸੀ ਕੱਲ ਹਾਂ ਹਾਂ ਉਹਨਾਂ ਬਹੁਤ ਨੀਂਦ ਆਈ ਹੈ ਨਾ ਉਹਦਾ ਕੋਕ ਮੈਂ ਤਾਂ ਆਪ ਕੋਕ ਲਿਆ ਕੇ ਰੱਖਾਂ ਬੋਤਲ ਇੱਕ ਟਟਣਾ ਨਹੀਂ ਵੇ ਬੜੀ ਨੀਂਦ ਆਦੀ 9 ਵਜੇ ਤੱਕ ਆਰਾਮ ਨਾਲ ਮਨੋੜਦਾ ਹੀ ਨਹੀਂ ਹੈਗਾ ਕੀ ਬਣੀ ਨਹੀਂ ਪਲੀਜ਼ ਤੈਨੂੰ ਹਨਾ ਮੈਂ ਤੈਨੂੰ ਮੈਂ ਸੜਾ ਤੈਨੂੰ ਇਦਾਂ ਦਾ ਦੇਣਾ ਤੈਨੂੰ ਰਾਤ ਨੂੰ ਕੋਕ ਪੜਾ ਕੇ ਸਵੇਰ ਨੂੰ 12 ਤੇ 1 ਵਜੇ ਸੌ ਉੱਠਣਾ ਜਾ ਕੇ ਤੈਨੂੰ ਘੁੱਟ ਕੇ ਕੋਕ ਪੜਾਤਾ ਆਪਣੇ ਨਾਲ ਅਗਲੇ ਦਿਨ ਐਂ ਨਹੀਂ ਬਦਨਾਮ ਕਰਦੀ ਕੋਈ ਚੱਕਰ ਨਹੀਂ ਸੱਟਾ ਉਹਦਾ ਵੈਸੇ ਹੀ ਸੀ ਪਾਰਟੀ ਤੁਹਾਨੂੰ ਪਤਾ ਹੀ ਹੁੰਦੇ ਹੋ ਜਾਣ ਬਿਆਨ ਮੇ ਦਿੱਤੇ ਸੱਚੇ ਆ ਚਲੋ ਚੱਲੀਏ ਹਟਣਾ ਨਹੀਂ ਮੰਮੀ ਨੂੰ ਪਜਾਮਾ ਨਹੀਂ ਮੈਂ ਸਵੇਰੇ ਕੋਲੇ ਦੀ ਕਲਾਸ ਵੀ ਲਾਈ 7 ਵਜੇ ਮੰਮੀ ਰਾਤੀ ਕੁਝ ਨਹੀਂ ਕੀਆ ਮੰਮੀ ਕਹਿੰਦੇ ਮੰਮੀ ਕਹਿੰਦੇ ਹੋਰ ਲਿਆ ਮਾ ਥੋੜੀ ਹੋਰ ਸੋਣੀ ਅੱਲੇ ਚੱਲ ਤੂੰ ਵੀ ਨਾਲੇ ਰਲੀ ਹੋ ਸੀਗੀ ਮੈਂ ਤਾਂ ਆਪ ਲੇਟ ਉੱਠੀ ਮੰਮੀ ਕਹਿੰਦੇ ਦੋਨਾਂ ਨੇ ਪੀ ਲਈ ਸੀ ਮੈਂ ਤਾਂ ਉੱਠਿਆ ਹੀ 9 ਵਜੇ ਕਿਰਨ ਵੀ ਮੇਰੇ ਨਾਲੇ 9:10 ਵਜੇ ਉੱਠੀ ਮੰਮੀ ਕਹਿੰਦੀ ਕੀ ਗੱਲੇ ਨੇ ਵੀ ਲਵਾਤੀ ਦੀ ਚੰਗੀਆਂ ਗਾਲਾਂ ਪੈਣੀਆਂ ਯਾਰ ਮੈਨੂੰ ਕਦੇ ਕਦੇ ਚੱਲ ਕੋਈ ਚੱਕਰ ਨਹੀਂ ਚਲਤਾ ਹੈ ਭਾਈ ਸਾਹਿਬ ਤੇ ਹੁਣ ਬਾ ਚਲੀਏ ਮਿਲਦੇ ਹਾਂ ਤੁਹਾਨੂੰ ਆਪਾਂ ਪਹਿਲਾਂ ਹੀ ਮੈਂ ਕਿਹਾ ਸੀ ਨੌਕਰੀ ਚ ਇਹ ਲੈ ਕੇ ਜਾਣਾ ਕਿਹੜਾ ਸੌਖਾ ਆ ਹੁਣ ਸਵੇਰ ਦੇ ਮੇਰੇ ਗੇੜੇ ਬਜਾ ਬਜਾ ਕੇ ਨਾ ਮੈਨੂੰ ਅੱਧੀ ਕਰ ਦਿੱਤਾ ਆ ਪਾਣੀ ਲੈ ਕੇ ਆ ਨਿੰਬੂ ਪਾਣੀ ਲੈ ਕੇ ਆ ਬਹੁਤ ਬੁਰਾ ਹਾਲ ਹੈ दादा जी दे फैमिली
ਰੋਤੇ ਵੀ ਦਿਮਾਗ ਘਟ ਜਾਂਦਾ ਯਾਰ ਸਿੱਧਾ ਹੀ ਸਿੱਧਾ ਹੀ ਕਹਿ ਦੇ ਕੋਈ ਤਾਈ ਜੀ ਨੇ ਹਾਂਜੀ ਮੈਂ ਤਾਈ ਜੀ ਕਹਤਾ ਮੈਂ ਤਾਈ ਜੀ ਮੈਂ ਸਿੱਧੀ ਤੁਹਾਡੇ ਬੱਚੇ ਇਹ ਮਤਲਬ ਪਹਿਲਾਂ ਇੱਥੇ ਰਹਿੰਦੇ ਸੀ ਹਨਾ ਤੁਸੀਂ ਇੱਥੇ ਰਹਿੰਦੇ ਸੀ ਨਾ ਪਹਿਲਾਂ ਸਾਰੇ ਨਹੀਂ ਦੋਸਤੇ ਇੱਥੇ ਇੱਕ ਕਰਨਾਲ ਸੀ ਕਿੱਦਾਂ ਮਤਲਬ ਇੱਕ ਕਰਨਾਲ ਰਹਿੰਦੇ ਹਨ ਤਾਂ ਹੀ ਬਸ ਉੱਥੇ ਮੇਰਾ ਵਿਆਹ ਹੋ ਗਿਆ ਕਰਨਾਲ ਤੋਂ ਆਏ ਸਨ ਪੱਪੇ ਹੋਣੀ ਹਾਂ ਡੈਡੀ ਹੋਣੀ ਨਹੀਂ ਨਹੀਂ ਇਹ ਤਾਂ ਬਗਾਲੀ ਰਹਿੰਦੇ ਸੀ ਕਰਨਾਲ ਕੋਲ ਰਹਿੰਦਾ ਸੀ ਇਹਨਾਂ ਦਾ ਚਾਚਾ ਜੀ ਸੀ ਤੇ ਡੈਡੀ ਦਾ ਦਾਦਾ ਮੇਰੇ ਡੈਡੀ ਦੇ ਦਾਦਾ ਜਿਹੜਾ ਭਰਾ ਸੀ ਉਹ ਕਰਨਾਲ ਰਹਿੰਦੇ ਸੀ ਤੁਹਾਡਾ ਵਿਆਹ ਉੱਥੇ ਹੋਇਆ ਸੀ ਉੱਥੇ ਹੋਇਆ ਸੀ ਓਕੇ ਉਹ ਆਏ ਸਨ ਅਸੀਂ ਪਹਿਲਾਂ ਤਾਂ ਸਾਡੇ ਮੇਰੇ ਪਾਪਾ ਜੀ ਨੌਕਰੀ ਕਰਦੇ ਸੀ ਉਹ ਇੱਥੇ ਆਏ ਠੀਕ ਹੈ ਜੀ ਕਰਮੀ ਤਾਂ ਨਹੀਂ ਲੱਗਦੀ ਹੁੰਦਾ ਨਹੀਂ ਨਹੀਂ ਕੋਈ ਸਭ ਤੋਂ ਵੱਡੇ ਤਾਈ ਜੀ ਸਾਡੇ ਸਭ ਤੋਂ ਵੱਡੇ ਤਾਈ ਜੀ ਸੋ ਚਲੋ ਠੀਕ ਆ ਹੁਣ ਅਸੀਂ ਇੱਕ ਦਿਨ ਉਹ ਤੇ ਮੈਂ ਆਣਾ ਅੰਦਰ ਮੇਰੇ ਪਿਆਰ ਨੇ ਅੱਛਾ ਜੀ ਗੱਲਾਂ ਕਰ ਲਈਏ ਪੇਟੀਆਂ ਬੁੱਟੇ ਦਾ ਉਦੇਸ਼ ਵੀ ਆ ਕਰਦੇ ਆ ਮੈਨੂੰ ਆਵਾਜ਼ ਬਹੁਤ ਸੋਹਣੀ ਲੱਗੀ ਇੱਕ ਬੋਲਣ ਦਾ ਤਰੀਕਾ ਜਿੱਦਾਂ ਨਾ ਉਹ ਪੂਰੀ ਲਾਈਨ ਬੋਲਦੇ ਆਪਾਂ ਸ਼ਾਰਟਕਟ ਨਹੀਂ ਬੋਲ ਦਿੰਦੇ ਹੁੰਦੇ ਹਾਂ ਨਾ ਲੈਂਗੁਏਜ ਥੋੜੀ ਹੋਰ ਆ ਹਨਾ ਬੇਇੱਜ਼ਤੀ ਉਹ ਮੈਂ ਕਹਾਂ ਹਾਂਜੀ ਚਲੋ ਠੀਕ ਆ ਮਿਲਦੇ ਆ ਪੁੱਤ ਮੈਨੂੰ ਇਸ ਮੁੰਡੇ ਤੇ ਪਹਿਲਾਂ ਕਰਨੇ ਗਿਆ ਮੁੰਡੇ ਤੇ ਅਸੀਂ ਅੱਜ ਜਿਹੜੀਆਂ ਇੱਕ ਦੋ ਫਨੀ ਕਲਿੱਪਾਂ ਹੋਈਆਂ ਨੇ ਐਂਡ ਚ ਪਾਵਾਂਗੇ ਓ ਵਾਹ ਉਹਨੇ ਬੈੱਡ ਲੈ ਕੇ ਦੇ ਕਿੰਨਾ ਸੋਹਣਾ ਹੈ ਅੰਦਰ ਉਹ ਚੱਲ ਤੂੰ ਮੋਹਰੇ ਦੇਖਿਆ ਕਰ ਆਉਣਾ ਮੈਨੂੰ ਇਸ ਕੀ ਗੱਲ ਆ ਮੈਨੂੰ ਇਸ ਮੁੰਡੇ ਤੇ ਬਹੁਤ ਗੁੱਸਾ ਆ ਰਿਹਾ ਮੈਨੂੰ ਪਤਾ ਨਹੀਂ ਕਿਹੜੀਆਂ ਕਿਹੜੀਆਂ ਗਲੀਆਂ ਚ ਘੁਮਾਉਂਦਾ ਰਹਿੰਦਾ ਬਿਨਾਂ ਗੱਲ ਤੋਂ ਨਿਕਲ ਜੂਗੀ ਮੈਨੂੰ ਕਹੂਗਾ ਗਲੀ ਚ ਐਂਟਰ ਕਰਕੇ ਕਹੂਗਾ ਇਹ ਤੈਨੂੰ ਲੱਗਦਾ ਇਹ ਗਲੀ ਨਿਕਲ ਜੂਗੀ ਮੈਂ ਕਿਹਾ ਇਹ ਘੁੰਮਿਆ ਤੂੰ ਸਾਰੀਆਂ ਹੀ ਆ ਲੰਬਾ ਦੇਖੀ ਜਾਂਦੀਆਂ ਨਿਕਲ ਨਹੀਂ ਆਉਂਦਾ ਉਹਦੇ ਤੱਕ ਇਹ ਤਾਂ ਬਦਮਾਸ਼ ਕੌਣ ਬਦਮਾਸ਼ ਕੌਣ ਹੈ ਬਦਮਾਸ਼ ਬਾਈ ਕੌਣ ਹੈ ਉਹ ਦੇਖ ਰੋਡ ਆ ਗਿਆ ਓਹੋ ਮੰਮੀ ਦੇ ਲੋ ਇਹ ਕੋਈ ਪੜਿਆ ਨਹੀਂ ਨੇ ਗਲੀਆਂ ਹੀ ਨੀਵੀਆਂ ਕੀਤੀਆਂ ਇੱਥੇ ਦੀਆਂ ਨਵਾਂ ਸ਼ਹਿਰ ਦੀਆਂ ਵਧੀਆ ਇੱਥੇ ਦਾ ਸਵਾਰਗ ਦਾ ਸਵਾਰਗ ਬਚ ਗਿਆ ਤੂੰ ਬਚ ਗਿਆ ਸਵਾਰਗ ਸੀ ਸਵਾਰਗ ਬਚ ਗਿਆ ਤੂੰ ਬਸ ਤੈਨੂੰ ਮੈਂ ਦੱਸਣ ਲਿਆ ਤੇ ਸੀ ਰੋਡ ਤੇ ਆ ਗਏ ਤੇ ਮਿਲਦੇ ਆ ਹੋਰ ਕਿਤੇ ਜਾ ਕੇ ਹੋਰ ਤਾਂ ਕਿਤੇ ਚੱਲੇ ਆਪਾਂ ਸੱਚ ਸਰਪ੍ਰਾਈਜ਼ ਇੱਕ ਹਨਾ ਇੱਕ ਸਰਪ੍ਰਾਈਜ਼ ਹੈ ਜਿਹੜੀ ਮੈਨੂੰ ਗੱਲ ਦੱਸ ਕੇ ਉਹ ਤੁਹਾਡੇ ਲਈ ਵੀ ਸਰਪ੍ਰਾਈਜ਼ ਐਂਡ ਮੇਨਲੀ ਉਹ ਹੈਗਾ ਆ ਸਾਡੇ ਫਾਦਰ ਸਾਹਿਬ ਨੂੰ ਦੱਸ ਦਿੰਦਾ ਡੈਡੀ ਲਈ ਸਰਪ੍ਰਾਈਜ਼ ਗੈਸ ਕਰੋ ਕੀ ਆ ਉਦੋਂ ਤੱਕ ਕੀ ਚੱਕਰ ਪਿਆ ਨਹੀਂ ਉਦੋਂ ਤੱਕ ਗੈਸ ਕਰੋ ਵੀ ਕੀ ਹੋ ਸਕਦਾ ਸਕਿਪ ਨਹੀਂ ਕਰਨੀ ਵੀਡੀਓ ਇੱਦਾਂ ਦੱਸਿਓ ਠੀਕ ਆ ਤੇ ਹੁਣ ਐ ਨਾ ਕਿ ਉਹ ਵੀ ਚਲੋ ਮੈਂ ਬਾਅਦ ਚ ਗੱਲ ਕਰੂੰਗੀ ਪਹਿਲਾਂ ਤੁਸੀਂ ਗੈਸ ਕਰ ਲਓ ਫਿਰ ਮਿਲਦੇ ਆਂ ਆਪਾਂ ਤੁਹਾਨੂੰ ਅੱਜ ਦੀ ਵੀਡੀਓ ਹੈਗੀ ਥੋੜੀ ਜੀ ਛੋਟੀ ਵੀ ਹੋ ਸਕਦੀ ਹੈ ਕਿਉਂਕਿ ਸਾਡੇ ਕੋਲ ਟਾਈਮ ਥੋੜਾ ਜਿਹਾ 2 ਵਜੇ ਵੀਡੀਓ ਸਟਾਰਟ ਕੀਤੀ ਆ ਤੇ ਪਰ ਕੀ ਪਤਾ ਹੁੰਦਾ ਰੱਬ ਜਾਣੇ ਇੰਜੋਏ ਕਰਨਾ ਪੂਰਾ ਆਪਾਂ ਪੂਰੀ ਕਰ ਦੇਣੀ ਪਰ ਇਹੀ ਤਾਂ ਟੈਲੈਂਟ ਆਪਣੇ ਚ ਠੀਕ ਆ ਮਿਲਦੇ ਆ ਸੋ ਲੋ ਜੀ ਫਾਈਨਲੀ ਅਸੀਂ ਪਹੁੰਚ ਗਏ ਆ ਉੱਥੇ ਜਿੱਥੇ ਸਾਨੂੰ ਜ਼ਰੂਰੀ ਕੰਮ ਸੀ ਅੱਜ ਦਾ ਮੇਨ ਇੰਪੋਰਟੈਂਟ ਕੰਮ ਸੀ ਜਿਹੜਾ ਦੇਖ ਲਓ ਉਹ ਖੜਾ ਉੱਪਰ ਉੱਪਰ ਉਹ ਵਾਲਾ ਹਾਂ 4x4 ਤੇ ਬਾਕੀ ਗੱਲ ਇਦਾਂ ਆ ਤੁਹਾਨੂੰ ਦੱਸਿਆ ਜਿਹੜਾ ਸਾਡਾ ਪੁਰਾਣਾ ਟਰੈਕਟਰ ਸੀਗਾ ਅੱਜ ਅਸੀਂ ਆਪਣਾ ਅਕਾਊਂਟ ਬਲੌਕ ਕੀਤਾ ਹੋਇਆ ਹੈ ਡੈਡੀ ਉਹਨਾਂ ਦੇ ਅਕਾਊਂਟ ਹਾਂ ਉਧਰੋਂ ਬਲੌਕ ਕਰਕੇ ਆਏ ਆ ਸੀ ਸਾਡਾ ਹੁਣ ਆਲਾ ਉਹਨੂੰ ਸ਼ੋਅ ਨਹੀਂ ਹੋਣਾ ਹੈ ਮਾੜਾ ਮੰਮੀ ਨੂੰ ਪਤਾ ਆ ਮੰਮੀ ਨੂੰ ਪਤਾ ਮੰਮੀ ਦੇ ਫੋਨ ਤੇ ਚੱਲਦਾ ਆ ਡੈਡੀ ਐਦਾਂ ਡੈਡੀ ਅਸੀਂ ਨਾ ਬਹੁਤ ਲੜ ਕੇ ਜਾਂ ਘੁਲ ਕੇ ਮਸੀ ਆਪਣਾ ਪੁਰਾਣਾ ਟਰੈਕਟਰ ਬੁਕਾਇਆ ਸਾਡਾ ਡੈਡੀ ਉਹ ਵੇਚਦਾ ਹੀ ਨਹੀਂ ਸੀਗਾ ਬਹੁਤ ਔਖਾ ਹੋ ਗਿਆ ਡੈਡੀ ਬਹੁਤ ਇਮੋਸ਼ਨਲ ਆ ਹਜੇ ਵੀ ਜਦੋਂ ਆਪਾਂ ਗਏ ਸੀ ਸਾਡੇ ਮਗਰੋਂ ਹੀ ਉਹ ਮੈਂ ਹੀ ਗੱਲ ਕੀਤੀ ਕਿਸੇ ਨਾਲ ਤੇ ਉਹ ਫਿਰ ਲੈ ਗਿਆ ਸੀ ਆ ਕੇ ਤੇ ਫਿਰ ਮੰਮੀ ਨੇ ਵੀ ਬਹੁਤ ਟਰਾਈ ਕੀਤਾ ਵੀ ਹਾਂ ਦੇ ਦੇਣਾ ਚਾਹੀਦਾ ਆ ਕਿਉਂਕਿ ਸਾਨੂੰ ਪਰ ਵੈਸੇ ਉਹ ਟਰੈਕਟਰ ਨੇ ਕਦੇ ਖਰਾਬ ਨਹੀਂ ਕੀਤਾ ਉਹ ਟਰੈਕਟਰ ਅਸੀਂ ਲਿਆ ਸੀਗਾ ਚਲੋ ਮੈਂ ਡੈਡੀ ਨੂੰ ਤੁਹਾਨੂੰ ਘਰੇ ਜਾ ਕੇ ਪਛਾਉਂਗਾ ਬਾਕੀ ਉਹ ਗੱਲਾਂ ਘਰੇ ਨਹੀਂ ਆਪਾਂ ਜਦੋਂ ਲੈ ਲਿਆ ਫਿਰ ਆਪਾਂ ਗੱਲਾਂ ਕਰਾਂਗੇ ਹਾਂ ਬਾਕੀ ਤੁਹਾਨੂੰ ਦੱਸ ਦਿੰਦਾ ਮੈਂ ਟਰੈਕਟਰ ਉਹ ਕੱਟੋਂ ਕੱਟ 85 ਸਾਲ ਟਰੈਕਟਰ ਚੱਲ ਗਿਆ ਸਭ ਤੋਂ ਪਹਿਲਾਂ ਕਿਸੇ ਕੋਲ ਨਹੀਂ ਸੀ ਡੈਡੀ ਨੂੰ ਬਿਲਕੁਲ ਨਹੀਂ ਪਤਾ ਮੰਮੀ ਨੂੰ ਪਤਾ ਮੈਨੂੰ ਪਤਾ ਪਵਨੇ ਨੂੰ ਪਤਾ
ਉਧਰ ਮੰਮੀ ਉਹਨਾਂ ਨੂੰ ਵੀ ਪਤਾ ਹੈ ਰਾਤੀ ਮੈਂ ਦੱਸਦਾ ਸੀਗਾ ਹੈ ਬਟ ਇਧਰ ਡੈਡੀ ਨੂੰ ਬਿਲਕੁਲ ਨਹੀਂ ਪਤਾ ਹੈਗਾ ਸੋ ਅਸੀਂ ਅੱਜ ਪਹਿਲਾਂ ਹੁਣ ਪੁੱਛ ਕੇ ਚੱਲਦੇ ਹਾਂ ਸਾਡਾ ਇਮੋਸ਼ਨਲ ਲਾ ਕੇ ਸਾਡਾ ਸਾਰਾ ਕੁਝ ਜਿਹੜਾ ਬਣਿਆ ਆ ਉਹੀ ਟਰੈਕਟਰ ਨੇ ਬਣਾਇਆ ਸਾਨੂੰ ਆਪ ਉਹ ਟਰੈਕਟਰ ਦੀ ਯਾਦ ਆਉਂਦੀ ਹੈ ਪਰ ਇਸ ਸਾਲ ਉਹਨਾਂ ਸਾਨੂੰ ਖਰਾਬ ਕੀਤਾ ਦੋ ਤਿੰਨ ਵਾਰ ਤੇ ਬਾਕੀ ਫਿਰ ਜਦੋਂ ਡੈਡੀ ਨੇ ਮੈਨੂੰ ਗੱਡੀ ਲੈ ਕੇ ਦੇ ਦਿੱਤੀ ਹਾਂ ਗੱਡੀ ਲੈ ਕੇ ਦਿੱਤੀ ਉਹ ਤੁਸੀਂ ਵੀ ਸਾਰਿਆਂ ਨੇ ਕਮੈਂਟ ਕੀਤੇ ਸੀ ਮੇਰੇ ਆਪਣੇ ਮਨ ਸੀ ਮੈਂ ਵੀ ਕਿਦਾਂ ਡੈਡੀ ਨੂੰ ਅਸੀਂ ਬਹੁਤ ਕਮੈਂਟ ਪੜੇ ਬਟ ਆਪਾਂ ਤੁਹਾਡੇ ਕਮੈਂਟਸ ਤੋਂ ਵੀ ਪਹਿਲਾਂ ਤਾਂ ਸੋਚਿਆ ਵਸੇਗਾ ਹਾਂ ਅਸੀਂ ਕਰਾਂਗੇ ਬਟ ਸਾਡੇ ਲਈ ਗੱਡੀ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਸੀ ਪਹਿਲਾਂ ਉਹ ਵੀ ਜ਼ਿਆਦਾ ਇੰਪੋਰਟੈਂਟ ਸੀ ਦੂਜੀ ਗੱਲ ਟਰੈਕਟਰ ਵੀ ਬਹੁਤ ਇੰਪੋਰਟੈਂਟ ਹੁੰਦਾ ਸਾਨੂੰ ਪਤਾ ਆ ਪਰ ਫਿਰ ਅਸੀਂ ਸੋਚਿਆ ਆ ਆਹ ਚੀਜ਼ ਤੇ ਮੰਮੀ ਹੁਣੀ ਵੀ ਸਾਡੇ ਨਾਲ ਮੰਮੀ ਕਹਿੰਦੇ ਬਾਕੀ ਹੁਣ ਆਪਾਂ ਐ ਕਰਦੇ ਆ ਉਹ ਸਾਰੇ ਦੇਖਦੇ ਹੁਣ ਅੰਦਰੋਂ ਇਹ ਆਏ ਗਏ ਲੈਣ ਵਾ ਪਤਾ ਨਹੀਂ ਪੁੱਛਣ ਆਏ ਆ ਬੈਠੇ ਗੱਡੀ ਚ ਗੱਲਾਂ ਮਾਰੀਆਂ ਨੇ ਫੋਨ ਤੇ ਚਲੋ ਠੀਕ ਆ ਹੁਣ ਅਸੀਂ ਮਿਲਦੇ ਆ ਤੁਹਾਨੂੰ ਹੁਣ ਵਾਪਸ ਆ ਕੇ ਬੱਕੇ ਨੂੰ ਦੱਸਦੇ ਕੀ ਕਹਿੰਦੇ ਆ ਠੀਕ ਆ ਪਤਾ ਕਰ ਲਈਏ ਬਾਈ ਉਹਦਾ ਆਪਾਂ ਦੋ ਤਿੰਨ ਟਰੈਕਟਰ ਸਿਲੈਕਟ ਕੀਤੇ ਹੋਆ ਪਹਿਲੀ ਆ ਕਿੱਥੇ ਆ ਇਹ ਪਹਿਲੀ ਅੱਗੇ ਕਿੱਥੇ ਆ ਤੇ ਹਜੇ ਦੇਖਾਂਗੇ ਆਪਾਂ ਘੁੰਮ ਕੇ ਚਾਰ ਪੰਜ ਦਿਨ ਦਾ ਦੇਖਾਂਗੇ ਫੇਰ ਲਵਾਂਗੇ ਜਿਹੜਾ ਵਧੀਆ ਲੱਗਾ ਆਪਾਂ ਨੂੰ ਜਿਹੜਾ ਥੋੜਾ ਜਿਹਾ ਸਹੀ ਸਹੀ ਵੀ ਲੱਗਾ ਚਲੋ ਜੀ ਅਸੀਂ ਜਾਏ ਆ ਤੇ ਬਾਕੀ ਰੇਟ ਬਹੁਤ ਸਹੀ ਗੱਲ ਕਰਿਆ ਥੋੜਾ ਆਪਾਂ ਦਬਣਾ ਥੋੜਾ ਆ ਆਪਾਂ ਦਬਣਾ ਨਹੀਂ ਹੈਗਾ ਨਹੀਂ ਨਹੀਂ ਦਬਣਾ ਨਹੀਂ ਦਬਣਾ ਕਿਉਂ ਦਬਣਾ ਹੈ ਆਪਣੀ ਵਾਰ ਨੂੰ ਤਾਂ ਦਬਿਆ ਨਹੀਂ ਤੂੰ ਹੈ ਕਿਉਂ ਚੱਲ ਨਾ ਆਪ ਤਾਂ ਟਰੈਕ ਗੱਡੀ ਲੈ ਕੇ ਵੀ ਡੇੜੀ ਹੋਰ ਲੱਗਣਾ ਹਾਂ ਨਹੀਂ ਡੈਡੀ ਸਾਡੇ ਨੇ ਵੀ ਇੱਕ ਵਾਰ ਨਮਾ ਕੀਤੀ ਮਿੰਟ ਜੀ ਮਾਰਿਆ 2 ਲੱਖ ਫੇਰ ਕਹਿੰਦਾ ਲੈ ਚਾ ਕੈਸ਼ ਕਰ ਆ ਵੀ ਟਰੈਕਟਰ ਸੋਹਣਾ ਹੈ ਕੋਨੇ ਜੋੜ ਦੀ ਆਪਾਂ ਦੇਖਾਂਗੇ ਜਿਹੜਾ ਟਰੈਕਟਰ ਵਧੀਆ ਲੱਗਿਆ ਇੱਕ ਮੈਨੂੰ ਉਹ ਵਾਲਾ ਔਰੇਂਜ ਜਿਹਾ ਸੋਹਣਾ ਲੱਗਦਾ ਸਵਰਾਜ ਇਹ ਮੈਨੂੰ ਜੋਂਡੀਅਰ ਦੋਨੇ ਟਰੈਕਟਰ ਸੋਹਣੇ ਆ ਤੁਸੀਂ ਕਰਿਓ ਕਮੈਂਟ ਆ ਹੋਰ ਵੀ ਟਰੈਕਟਰ ਜਿਹੜਾ ਵਧੀਆ ਮੈਂ ਵੀ ਚਲਾਇਆ ਕਰੂੰ ਮੈਂ ਚਲਾ ਕੇ ਰੀਲਾਂ ਪਾਉਣੀਆਂ ਮੈਂ ਸਿੱਧੀ ਗੱਲ ਆ ਜਿਹੜੀ ਓਹੋ ਰੀਲਾਂ ਪਿੰਡੂ ਲੋਕ ਕਿਧਰੋਂ ਆਏ ਤੁਸੀਂ ਰੀਲਸ ਰੀਲ ਸਿੰਗਲ ਜੀ ਕਰੋ ਸੋ ਚਲੋ ਫਿਰ ਠੀਕ ਆ ਹੁਣ ਅੱਗੇ ਮੜਿਆ ਦੇਖੀਏ ਹੋਰ ਜਾਂ ਤੁਸੀਂ ਕਮੈਂਟ ਕਰਿਓ ਅੱਛਾ ਟਰੈਕਟਰ ਟੂਟਰ ਜਿਹੜੇ ਪਾਜੇ ਹੁਣ ਕੱਲ ਹੀ ਦੇਖਾਂਗੇ ਬਾਕੀ ਬਾ ਹੁਣ ਕੱਲ ਤੋਂ ਸ਼ੁਰੂ ਕਰ ਦੇਣਾ ਕੰਮ ਆਪਾਂ ਦੇਖਣ ਲੱਗਿਆ ਨਾ ਆਪਾਂ ਡੈਡੀ ਨੂੰ ਲੈ ਆਣਾ ਕਿੰਨੇ ਸੋਹਣੇ ਡਰੈਸ ਓ ਮੈਨੂੰ ਡਰਾ ਨਾ ਕਰ ਮੈਂ ਡਰ ਗਿਆ ਮੈਨੂੰ ਕੀ ਹੋ ਗਿਆ ਉਧਰ ਚਲ ਕੁੱਪੀ ਕਿਸੇ ਤਾਂ ਉਹਨਾਂ ਸੱਚੀ ਡਰ ਗਿਆ ਮੈਂ ਚਲੋ ਆ ਮੈਂ ਕਿਹਾ ਪਤਾ ਨਹੀਂ ਕੀ ਹੋ ਗਿਆ ਇੱਕਦਮ ਬਸ ਸਟੈਂਡ ਹੀ ਅੱਜ ਮੈਂ ਤੰਗ ਕੀਤਾ ਮੈਂ ਕਾਦੀ ਬਾਹਰ ਖੜੀ ਆ ਚੱਕ ਪਰੇ ਰੱਖ ਇਹਨੂੰ ਕੀ ਗੱਲ ਹੈ ਇਹਨੂੰ ਵੀ ਪਰੇ ਰੱਖ ਤੁਸੀਂ ਸੋਚਦੇ ਹੋਣੇ ਆ ਵੀ ਤੁਸੀਂ ਅੰਦਰ ਜਾਂਦੇ ਹੁੰਨੇ ਆ ਵੀਡੀਓ ਲਾਓ ਤਾਂ ਗੱਡੀ ਬੰਦ ਕਰ ਦੇ ਪਹਿਲਾਂ ਚੱਕ ਬੋਤਲ ਤੁਸੀਂ ਸੋਚਦੇ ਹੋਣੇ ਆ ਵੀ ਅਸੀਂ ਅੰਦਰ ਇੱਥੇ ਜਾਂਦੇ ਆ ਬਟ ਤੁਸੀਂ ਵੀਡੀਓ ਕਿਉਂ ਨਹੀਂ ਬਣਾਉਂਦੇ ਪਾਉਨੇ ਕਿਉਂ ਨਹੀਂ ਬਣਾਉਂਦੇ ਦੱਸੋ ਕਿਉਂਕਿ ਸਾਨੂੰ ਡਰ ਲੱਗਦਾ ਕਾਪੀਰਾਈਟ ਨਾ ਜਵੇ ਨਹੀਂ ਅੰਦਰ ਯਾਰ ਗਾਣੇ ਲੱਗੇ ਹੁੰਦੇ ਆ ਅੰਦਰ ਗਾਣੇ ਲੱਗੇ ਹੁੰਦੇ ਆ ਵੀ ਉੱਚੀ ਸੋ ਜੇ ਥੋੜੇ ਬਹੁਤੇ ਸੌਫਟ 뮤직 ਹੋਵੇ ਫੇਰ ਬੰਦਾ ਬਣਾ ਲੈਂਦਾ ਉਹ ਤਾਂ ਕਰਨ ਦਬਦੀ ਨਹੀਂ ਤਾਂ ਕਰਕੇ ਹੋਏ ਔਖਾ ਜੋ ਲੱਗਦਾ ਕਹਿੰਦਾ ਦਬਦੀ ਅਜਾ ਸ਼ੇਰ ਨਹੀਂ ਬਣੀ ਅੱਜ ਕਿਸੇ ਦਬਦੀ ਤੋਂ ਕਿ ਮੈਂ ਕਰਨ ਸ਼ੇਰ ਨਹੀਂ ਸੋ ਹੁਣ ਮੈਂ ਆਪਣੇ ਵਾਸਤੇ ਲੈ ਆਈ ਆ ਪਵਨੇ ਦੇਖਿਆ ਤੁਸੀਂ ਕਿੱਦਾਂ ਖਾਣਾ ਸੀ ਉੱਤੇ ਨਾ ਗਾਣਾ ਚੱਲ ਪਿਆ ਕਿਹੜਾ ਗਾਣਾ ਸੀਗਾ ਪਵਨੇ ਅਮਰਿੰਦਰ ਗਿੱਲ ਦਾ ਕਾਤੋਂ ਲਾਈਆਂ ਯਾਰੀਆਂ ਐਦਾਂ ਕੁਛ ਨਾ ਐਦੀ ਕੁਛ ਹੈਗਾ ਦੱਸ ਯਾਦ ਕਰਕੇ ਮੈਨੂੰ ਗਾਣਾ ਨਹੀਂ ਯਾਦ ਹੁਣ ਯਾਰ ਕਹਿੰਨ ਕਾਤੋਂ ਆਪਣੇ ਢਿੱਡ ਨਾਲ ਗੱਲਾਂ ਕਰੀ ਜਾਵੇ ਐਦਾਂ ਮੇਨ ਚੀਜ਼ ਜਿਹੜੀ ਸੀਗੀ ਉਹ ਪਤਾ ਕਰ ਲਈ ਆਪਾਂ ਹੁਣ ਇੱਕ ਜਿਹੜੀ ਇੱਕ ਦੋ ਸੋ ਫਿਰ ਅੱਗੇ ਜਾ ਕੇ ਮਿਲਦੇ ਜੇ ਕੋਈ ਕਦੀ ਗੱਲ ਹੋਈ ਜਾਂ ਕਿਤੇ ਰੁਕਣਾ ਹੋਇਆ ਤਾਂ ਠੀਕ ਆ ਪਾਰਸਲ ਲੈਣਾ ਸੀ ਪਵਨ ਤੋਂ ਉਹ ਵੀ ਲੈ ਲਿਆ ਹੁਣ ਇਸ ਵਿੱਚ ਕੀ ਹੈ ਘਰ ਜਾ ਕੇ ਦੇਖਦੇ ਵੀਅਰ ਸੀਟ ਬੈਲਟ ਪਲੀਜ਼ ਤੇ ਕਪਤਾਨ ਨੂੰ ਨਾ ਇੰਨੇ ਦਿਨ ਹੋ ਗਏ ਸੀ ਹੱਡੀਆਂ ਨਹੀਂ ਖਵਾਈਆਂ ਸੀ ਮੈਂ ਕਿਹਾ ਪਵਨ ਨੇ ਉਹਦੇ ਲਈ ਹੱਡੀਆਂ ਲੈ ਚੱਲ ਉਹਨਾਂ ਕਹਿੰਦਾ ਉਹਦੇ ਲਈ ਹੱਡੀਆਂ ਲੈ ਚੱਲੀਏ ਮੈਂ ਕਿਹਾ ਰਹਿਣ ਦੇ ਸੀਟ ਬੈਲਟ ਲਾਈ ਤੇ ਮੈਨੂੰ ਕਹਿੰਨੀ ਆ ਲੋਨੀ ਆ ਮੈਂ ਕਿਹਾ ਸਾਡਾ ਹੀ ਨੁਕਸਾਨ ਹੁੰਦਾ ਆ ਨੁਕਸਾਨ ਕਿੱਦਾਂ ਹੁੰਦਾ ਤੂੰ ਇੱਥੋਂ ਕੀ ਮਿਲਣਾ ਨਹੀਂ ਨਹੀਂ ਇੱਧਰੋਂ ਲੋੜ ਹੋਏ ਜੋ ਮਾਰ ਲੈਣਾ ਇੱਥੋਂ ਕੀ ਮਿਲਣਾ ਇੱਥੋਂ ਬਜਰੀ ਰੋੜੇ ₹150 ਚਾਰ ਕਵਾਰ
ਕਪਤਾਨ ਹੱਡੀਆਂ ਦੇ ਭਲੇਕੇ ਕੱਪੜੇ ਵੀ ਚੱਬ ਜਾਇਆ ਘਰੇ, ਚੱਪਲਾਂ ਵੀ ਚੱਬ ਜਾਂਦਾ, ਚੱਪਲਾਂ ਜੋ ਸਾਰਾ ਕੁਛ ਖਾਂਦਾ ਰਹਿੰਦਾ, ਜੇ ਉਹਨੂੰ ਕੁਛ ਨਾ ਲੱਭੇ ਫਿਰ ਹੱਥ ਵੀ ਚੱਬ ਲੈਂਦਾ ਬਾਈ ਲਿਆ ਮੂੰਹ ਪਾ ਕੇ, ਉਹ ਬੜਾ ਖਰਾਬ ਉਹਨੂੰ ਬਾਜਾ ਦੇ ਭਲੇਖਾ ਪੈ ਜਾਂਦਾ ਫਿਰ ਇਦਾਂ। ਹਾਂ ਬਸ ਬਸ ਸਮਝ ਗਏ ਚਲੋ ਸਮਝ ਗਏ ਬਲੋ ਅੱਗੇ ਜਾ ਕੇ ਮਿਲ ਜਾ। ਉਹ ਤੂੰ ਕੀ ਕਰੀ ਜਾਂਦਾ ਓਏ, ਚੱਲੋ ਜੇਰਾ ਘਰੇ ਆਉਂਦੇ ਨੂੰ ਪਹਿਲੇ ਇੱਕੋ ਕੰਮ ਹੈ ਰੋਜੇ, ਇੰਨਾ ਚਾਹ ਚੜ੍ਹ ਦੇਣਾ ਨਾ ਪਾਰਸਲ ਦੇਖ ਕੇ, ਗੱਲਾਂ ਹੀ ਛੱਡ ਦਿਉ। ਮੈਂ ਪੂਰਾ ਅੱਜ ਕਹੀ ਗਿਆ ਮੈਂ ਕੱਲ੍ਹ ਨੂੰ ਲੈ ਜਾਏ, ਕੱਲ੍ਹ ਨੂੰ ਲੈ ਜਾਵਾਂਗੇ, ਲੜ ਲੜ ਕੇ ਮੈਨੂੰ ਕਹਿ ਗਏ ਲੈ ਕੇ ਆਉਣਾ ਪਾਰਸਲ, ਹੁਣ ਪਾਰਸਲ ਮੰਗਾ ਲਿਆ ਫਿਰ। ਕਿਰਨ ਹੈਲੋ, ਰੋਡ 'ਤੇ ਲੈ ਆਉਣਾ ਮੈਨੂੰ ਲੱਗਦਾ ਤਾਂ ਮੈਨੂੰ ਜਲਦੀ, ਇਹ ਕੀ ਕਰਨੇ ਆ, ਕਿੰਨੇ ਪਾਰਸਲ ਤੈਨੂੰ ਪਤਾ ਕੀ ਕਰਨੇ, ਇਕੱਠੇ ਕਰਕੇ ਆਪਣੀ ਦੁਕਾਨ ਪਾਉਣੀ। ਹਾਂ ਕਿਰਨ ਨੇ ਹੁਣ ਬਿਜ਼ਨਸ ਵੀ ਸ਼ੁਰੂ ਕਰ ਲੈਣਾ ਜਲਦੀ ਮੈਨੂੰ ਲੱਗਦਾ। ਪੂਰਾ ਵਧੀਆ ਨਹੀਂ ਹੈਗਾ, ਵਧੀਆ ਵਧੀਆ ਕਹਿਣ ਤੈਂ ਪਾਇਆ ਕਰਕੇ ਸੋਹਣਾ ਲੱਗਣ ਲੱਗ ਗਿਆ ਨਾ। ਹੁਣ ਇੱਕ ਦੋ ਕਮੈਂਟ ਆ ਰਹੇ ਸੀਗੇ ਵੀ ਤੁਸੀਂ ਅੱਗੇ ਵਾਂਗੂ ਸ਼ੁਰੂ ਕਰ ਦਿਓ, ਸਵੇਰ ਨੂੰ ਵਲੌਗ ਬਣਾ ਕੇ ਸ਼ਾਮ ਨੂੰ ਅਪਲੋਡ ਕਰ ਦਿਆ ਕਰੋ ਨਾ, ਪਰ ਤੁਹਾਨੂੰ ਮੈਨੂੰ ਲੱਗਦਾ ਇੱਦਾਂ ਜ਼ਿਆਦਾ ਮਜ਼ਾ ਆਉਣਾ ਵਲੌਗਾਂ ਦੇਖਣ ਦਾ। ਕਈ ਵਾਰ ਸਾਤੋਂ ਸਵੇਰ ਨੂੰ ਨਹੀਂ ਬਣਦਾ ਫਿਰ ਛੋਟਾ ਵਲੌਗ ਪਾਉਂਦੇ ਉਹਨੇ 'ਚ, ਸਾਡੇ ਕੋਲ ਸਾਰਾ ਦਿਨ ਹੋਇਆ ਫਿਰ ਸਾਡਾ ਵਲੌਗ ਵੱਡਾ ਹੀ ਮਿਲਿਆ ਕਰੋ ਤੁਹਾਨੂੰ, ਹੈ ਨਾ, ਇਹ ਨਹੀਂ ਵਧੀਆ, ਨਾਲੇ ਸਾਨੂੰ ਵੀ ਟੈਨਸ਼ਨ ਘੱਟ ਹੁੰਦੀ, ਸਾਨੂੰ ਇੱਦਾਂ ਹੁੰਦਾ ਇਹ ਵਲੌਗ ਅਪਲੋਡ ਹੋਇਆ ਆ, ਕਈ ਵਾਰ 7 ਵਜੇ ਫਿਰ ਨਹੀਂ ਅਪਲੋਡ ਹੁੰਦਾ ਫਿਰ ਸਾਨੂੰ ਬਹੁਤ ਟੈਨਸ਼ਨ ਪੈਂਦੀ ਆ। ਹਾਂ ਇੱਦਾਂ ਆ, ਕਈ ਵਾਰ ਫਿਰ ਪੈਂਦਾ ਨਹੀਂ ਵਲੌਗ, ਸਾਨੂੰ ਫਿਰ 9 ਵਜੇ 10 ਵਜੇ ਇੱਦਾਂ ਅਲੱਗ ਟਾਈਮਿੰਗ ਆਉਣ ਲੱਗ ਜਾਂਦੀ ਆ। ਸੋ ਤਾਂ ਕਰਕੇ ਸਾਨੂੰ ਲੱਗਦਾ ਇਹ ਚੀਜ਼ ਵਧੀਆ ਆ, ਜੇ ਤੁਸੀਂ ਵੀ ਕਹਿੰਦੇ ਚੀਜ਼ ਵਧੀਆ ਆ ਤਾਂ ਜ਼ਰੂਰ ਕਮੈਂਟ ਕਰਿਓ, ਦੱਸਿਓ ਵੀ ਅੱਗੇ ਨਾਲੋਂ ਵਲੌਗ ਵਧੀਆ ਲੱਗਦੇ ਹੁਣ ਤੁਹਾਨੂੰ ਕਿ ਅੱਗੇ ਵਧੀਆ ਲੱਗਦੇ ਸੀ ਜ਼ਿਆਦਾ, ਠੀਕ ਆ। ਹਾਂ ਹੋਰ ਕੁਛ ਕਹਿਣਾ ਚਾਹੋਗੇ? ਬਸ ਜੀ, ਇਹ ਜ਼ਿਆਦਾ ਨਹੀਂ ਬੋਲਦੀ, ਘੱਟੇ ਇਹ ਬਹੁਤ ਘੱਟ ਬੋਲਦੀ ਨਾ, ਮੈਂ ਕਈ ਵੀ ਕਹਿੰਦਾ ਬੋਲਿਆ ਕਰ ਜ਼ਿਆਦਾ ਬੋਲਦੀ, ਇੱਦਾਂ ਬੋਲਦੀ ਨਹੀਂ, ਬੋਲਦੀ ਤਾਂ ਹੈ ਹੀ ਨਹੀਂ, ਗੁੰਗੀ ਆ ਨਾ ਉੱਦਾਂ ਵੀ, ਹੈ ਇੱਦਾਂ ਕਰਦੀ ਆ ਵਿਚਾਰੀ, ਹੱਸ ਲੈਂਦੀ ਤਾਂ ਗੱਲ ਕਿਸੇ ਕਰਦਾ ਆ ਸੁਣ ਕੇ ਤਾਂ ਫੀਲਿੰਗ ਜੀ ਲੈ ਲੈਂਦੀ, ਇੱਦਾਂ ਦੀ ਗੱਲ ਕੀਤੀ ਹੱਸ ਲੈਂਦੀ ਆ, ਉੱਦਾਂ ਨਹੀਂ ਬੋਲਦੀ ਨਹੀਂ ਹੈਗੀ ਇਹ, ਠੀਕ ਆ। ਚਲੋ ਫਿਰ ਹੁਣ ਕਰ ਲਈਏ ਰੈਸਟ, ਟਾਈਮ 4 ਵੱਜ ਗਏ ਕਿ 5:30 ਵਜੇ, ਮੈਨੂੰ ਕਹਿੰਦਾ ਤੁਹਾਨੂੰ ਟਾਈਮ ਨਹੀਂ ਦੇਖਣਾ, ਮੈਂ ਦੱਸੂਗੀ 5:30 ਹੋਣ ਨੂੰ 5 ਮਿੰਟ ਰਹਿ ਗਏ, 5:30 ਹੋਣ ਨੂੰ ਕਿੰਨੇ ਮਿੰਟ ਰਹਿ ਗਏ, 4 ਮਿੰਟ ਉੱਥੇ ਉਹਦੇ ਹਿਸਾਬ ਨਾਲ, ਇੱਧਰ ਹੈ 6 ਮਿੰਟ ਪਏ ਆ। ਚਲੋ ਕੋਈ ਨਹੀਂ, ਇੱਦਾਂ ਨਾ ਕਿ ਕੋਈ ਵੀ ਇਹਨੂੰ ਟਾਈਮ ਨਹੀਂ ਦੇਖਣਾ, ਉਹਦੇ ਮੈਂ ਉਹ ਦੇਖਤਾ ਇਹਨੂੰ ਮੈਂ ਦੱਸਿਆ ਸੀ ਪਹਿਲਾਂ ਇੱਦਾਂ ਕਹਿ ਦੀ, ਠੀਕ ਆ। ਅਤੇ ਚਲੋ ਹੁਣ 5:30 ਵਜੇ ਹੁਣ ਆਪਾਂ ਰੈਸਟ ਕਰ ਲਈਏ, ਇਹ ਕਪਤਾਨ ਨੂੰ ਵੀ 6 ਵਜੇ ਘੁੰਮਾ ਕੇ ਲੈ ਕੇ ਆਉਣਾ ਮੈਂ, ਅਤੇ ਬਸ ਫਿਰ ਉਹ ਤੋਂ ਬਾਅਦ ਹੀ ਮਿਲਦੇ ਡੈਡੀ ਦੇ ਆਏ ਤੇ, ਹੁਣ ਡੈਡੀ ਗਏ ਹੋਆ ਖੇਤਾਂ ਨੂੰ, ਚੰਗਾ ਜੀ। ਹਾਂਜੀ ਤੇ 7 ਵੱਜ ਗਏ, ਆਪਾਂ ਆਪਣਾ ਕਪਤਾਨ ਨੂੰ ਘੁੰਮਾ ਕੇ ਲੈ ਆਏ ਆ ਡੈਡੀ, ਪਰ ਹਜੇ ਵੀ ਨਹੀਂ ਸਾਨੂੰ ਮਿਲੇ, ਮੰਮੀ ਤਾਂ ਇੱਥੇ ਹੀ ਸੀਗੇ, ਮੰਮੀ ਨੂੰ ਆਪਾਂ ਦੱਸ ਦਿੱਤਾ ਆ ਜੋ ਵੀ ਜੋ ਵੀ ਉਹਦਾ ਪ੍ਰਾਈਜ਼ ਸੀਗਾ, ਅਤੇ ਇੱਕ ਸਾਡੀ ਟਰਾਈ ਹੋ ਰਹੀ ਆ ਕਿ ਜੋਨਡੀਅਰ ਵੀ ਦੇਖ ਲਿਆ ਜਾਵੇ, ਠੀਕ ਆ। ਅਤੇ ਹਜੇ ਡੈਡੀ ਨਹੀਂ ਆਏ, ਅਸੀਂ ਸੋਚਦੇ ਸੀਗੇ ਸਾਨੂੰ 2 ਕੁ ਗੱਲਾਂ ਡੈਡੀ ਦੀਆਂ ਸੁਣਾ ਦੇਈਏ, ਅਤੇ ਬਾਕੀ ਹੁਣ ਫ੍ਰੀ ਹਾਂ ਬਿਲਕੁਲ, ਬਸ ਰੋਟੀ ਬਣਾਉਣੀ ਆ, ਵਲੌਗ ਅਪਲੋਡ ਕਰ ਦਿੱਤਾ ਸੀਗਾ ਜਿਹੜਾ ਤੁਸੀਂ ਕੱਲ੍ਹ ਦੇਖਿਆ ਆ, ਠੀਕ ਆ ਜੀ। ਅਤੇ ਬਾਕੀ ਇੱਕ ਚੀਜ਼ ਹੋਰ ਦੱਸਣੀ ਸੀਗੀ ਆਪਾਂ ਕੁਛ, ਆਹ ਜਿੱਦਾਂ ਸਾਰੀਆਂ ਫੋਟੋਜ਼ ਤਾਂ ਤੁਸੀਂ ਦੇਖ ਹੀ ਲਈਆਂ ਹੋਣੀਆਂ ਪਹਿਲੇ ਵਲੌਗ 'ਚ, ਆਹ ਅਸੀਂ ਅੰਦਰ ਰੱਖ ਦਿੱਤਾ ਸੀਗਾ, ਸੋ ਇਹਨੂੰ ਆਪਾਂ ਇੱਥੇ ਫਿੱਟ ਕਰਵਾਇਆ, ਠੀਕ ਆ। ਇੱਕ ਚੀਜ਼ ਹੋਰ ਸੀ, ਇਹ ਫੋਟੋਆਂ ਉਲਝ ਗਈਆਂ ਸੀ, ਠੀਕ ਕਰਨੀਆਂ, ਅਤੇ ਆਹ ਵਾਲਾ ਕਲੋਕ ਇੱਥੇ ਲਾ ਦਿੱਤਾ, 1 ਘੰਟੇ ਬਾਅਦ 'ਚ ਚੱਲਦਾ, ਮਤਲਬ 6 ਵਜੇ ਫਿਰ 7 ਵਜੇ ਫਿਰ 8 ਵਜੇ, ਮਤਲਬ ਇੱਕ ਸੂਈ ਆ ਇਹਦੇ 'ਚ। ਹੁਣ ਤੁਸੀਂ ਕਹਿੰਦੇ ਹੋਣੇ ਅੱਜ ਪਵਨ ਨਾਲ ਵੀਡੀਓ ਬਣਾਉਂਦਾ ਹੀ ਨਹੀਂ, ਅੱਜ ਕਿਰਨ ਨੇ ਵੀਡੀਓ ਬਣਾਈ ਜਾਣੇ, ਅੱਜ ਪਵਨ ਨਾਲ ਫ੍ਰੀ ਸੀਗਾ, ਅੱਜ ਮੈਨੂੰ ਥੋੜ੍ਹੇ ਕੰਮ ਸੀਗੇ 1-2 ਮੈਂ ਉਹ ਕੀਤੇ ਆਪਣੇ, ਅਤੇ ਬਾਕੀ ਬਸ ਰੈਸਟ ਕੀਤੀ ਅੱਜ ਤਾਂ। ਆਹ ਦੇਖ ਲਓ ਇੱਧਰ ਬੰਦਾ ਕਿੱਦਾਂ ਲੱਗੀ ਉਹ ਅੰਬ ਖਾਣ, ਕਿਹੜਾ ਅੰਬ ਆ ਪਤਾ, ਇਹ ਗਧਾ ਅੰਬ, ਕੱਲ੍ਹ ਵੀ ਅੰਬ ਹੁੰਦਾ। ਅਤੇ ਆਹ ਦੇਖੋ ਇੱਧਰ ਮੈਂ ਕੀ ਦੇਖਦਾ ਸੀ, ਬਾਹੂਬਲੀ, ਬਾਹੂਬਲੀ ਬਹੁਤ ਵਧੀਆ ਫਿਲਮ ਆ, ਜਿਹਨੂੰ ਜਿਹਨੂੰ ਪਸੰਦ ਆ ਜ਼ਰੂਰ ਕਮੈਂਟ ਕਰਿਓ, ਟੌਪ ਦੀਆਂ ਫਿਲਮਾਂ ਸੀਗੀਆਂ ਦੋਨੀ ਇਹ ਬਾਹੂਬਲੀ। ਡੈਡੀ ਵਧੀਆ ਨਾ, ਹੈ ਡੈਡੀ ਡੈਡੀ, ਇੱਕ ਤੈਨੂੰ ਗੱਲ ਪੁੱਛਾਂ,
ਆਪਾਂ ਟਰੈਕਟਰ ਵੇਚ ਦਿੱਤਾ ਆਪਣੇ ਨਾਲ ਕਿਦਾਂ ਲੱਗਦਾ ਤੈਨੂੰ? ਲੱਗਦਾ ਤਾਂ ਮਾੜਾ ਹੀ ਆ ਪਰ ਮੈਂ ਵੇਚਣਾ ਵਾ ਸੀ ਨਹੀਂ ਜੇਤੇ ਮੈਂ ਮਾੜਾ ਜਿਹਾ ਉਹਨੂੰ ਕਿਹਾ ਟੁੱਟਿਆ ਤਾਂ ਪੈਰੰਗ ਸੀ ਉਹ ਮਿਸਤਰੀ ਕਹਿੰਦਾ ਹੁਣੇ ਕਹਿੰਦਾ ਕਿੰਨੇ ਪੈ ਲੈਣੇ ਆ ਮੈਂ ਕਿਹਾ ਜੀ ਰੁਪਈਆ ਲੈਣਾ ਮੈਂ 70,000 ਹਾਂ ਤੇ ਕਹਿੰਦਾ ਕੋਈ ਨਹੀਂ ਮੈਂ ਹੁਣੇ ਉਹਨੇ ਫੋਨ ਕੀਤਾ ਮਿੰਟਾਂ ਦੋ ਚ ਉਹਨੇ ਬੰਦਾ ਉੱਥੇ ਸੱਦ ਲਿਆ ਗੱਡੀ ਵਾਲਾ ਮੈਂ ਕਿਹਾ ਇਹ ਨਹੀਂ ਕਿੱਥੇ ਲੈਣਾ ਦੇਖਣ ਤੁਰੇ ਹੋਇਆ ਗੱਲ ਕਹਿੰਦੀ ਮੈਨੂੰ ਨਾਲ ਲੈ ਗਿਆ ਜਦੋਂ ਆ ਕੇ ਉਹਨਾਂ ਨੂੰ ਦਿਖਾ ਲਿਆ ਜੀ ਉਹ ਕਹਿੰਦੇ ਰੁਪਈਆ ਦੇਣਾ ਸੀ 50,000 ਮੈਂ ਕਿਹਾ ਇੱਕ ਮੈਂ ਦੀ ਦੇ ਦਿੱਤੀ ਪਿੰਨ ਵੀ ਨਹੀਂ ਦੇਣੀ ਤੁਹਾਨੂੰ 70 ਤੋਂ ਘੱਟ 55 ਤੇ ਆ ਗਿਆ ਮੈਂ ਕਿਹਾ ਭਾਜੀ ਮੈਂ ਨੀ ਇੰਨੀਆਂ ਗੱਲਾਂ ਕਰਨੀਆਂ ਵੀ ਜੇ ਤੁਸੀਂ ਲੈਣਾ ਤਾਂ ਚੱਜ ਦੀ ਗੱਲ ਕਰੋ ਨਹੀਂ ਤਾਂ ਨਾ ਸੀ ਫਿਰ ਉਹ ਕਰਦੇ ਕਰਾਉਂਦੇ 60 ਤੇ ਆ ਗਿਆ ਮੈਂ ਕਿਹਾ ਨਾ ਮੈਂ ਇਦੂ ਘੱਟ ਦੇਣਾ ਹੀ ਨਹੀਂ ਮੈਨੂੰ ਪੁੱਗਦਾ ਹੀ ਨਹੀਂ ਫਿਰ ਉਹ ਘਰ ਕਰਾ ਕੇ ਫਿਰ ਕਹਿੰਦੇ ਰੁਪਈਆ ਦੇਣਾ ਜਾਂ ਫਾੜ ਜੀ ਰੁਪਈਆ ਦੇਣਾ ਤੈਨੂੰ 61,000 ਤੇਰੀ ਮਰਜ਼ੀ ਆ ਦੇ ਦੇ ਮਰਜ਼ੀ ਆ ਨਾ ਦੇ ਦੇ ਫਿਰ ਮੈਂ ਯਾਰ ਸੋਚਿਆ ਟਰੈਕਟਰ ਨੂੰ ਮੈਂ ਕਿਹਾ ਮੈਨੂੰ 19 ਸਾਲ ਹੋ ਗਿਆ ਲੈ ਨੂੰ ਫਿਰ ਮੈਂ ਕਿਹਾ ਮੈਂ ਟਰੈਕਟਰ ਤਾਂ ਇਹ ਮੁਖ ਤਰ ਕੇ ਜਿੰਨੇ ਪੈਸੇ ਦਿੱਤੇ ਨੇ ਉਹਨੂੰ ਫਿਰ 19 ਮੈਂ ਇਹਨਾਂ ਕੋਲੋਂ ਲੈ ਲੈਣ ਲੱਗਾ 19 ਮੈਂ ਵੇਚੇ ਦਿੰਦਾ ਫਿਰ 19 ਸਾਲ ਪਹਿਲਾਂ ਕਿੰਨੇ ਦਾ ਲਿਆ ਸੀ 80,000 ਦਾ ਲਿਆ ਸੀ ਵਿੱਚੇ ਟੋਪ ਲੰਗ ਵਿੱਚੇ ਡਰਾਈਵਰ ਵਿੱਚੇ 9-11 ਫਾਲੇ ਉਹ ਸਾਰਾ ਕੁਛ ਰੱਖ ਲਿਆ ਆਪਾਂ ਉਦੋਂ 80,000 ਦਾ ਲਿਆ ਸੀ ਉਹ ਸਾਰਾ ਕੁਛ ਰੱਖ ਲਿਆ ਆਪਾਂ ਨਾਲ ਸਾਰਾ ਕੁਛ ਰੱਖ ਲਿਆ ਮੈਂ ਰੀਪਰ ਵੀ ਬਣਾਇਆ ਬੈਡ ਵੀ ਬਣਾਏ ਸਵਾਗਾ ਵੀ ਬਣਾਇਆ ਜਿੰਦਾ ਵੀ ਬਣਾਇਆ ਘਰ ਵੀ ਉਹਨੇ ਬਣਾਇਆ ਘਰ ਵੀ ਸਾਰਾ ਉਹਨਾਂ ਬਣਾਇਆ ਘਰ ਮੇਰਾ ਬਿਲਕੁਲ ਕੱਚਾ ਸੀ ਪਹਿਲਾਂ ਤੇ ਬਾਕੀ ਤੁਹਾਨੂੰ ਆ ਦੋ ਕਮਰੇ ਹੁੰਦੇ ਸੀਗੇ ਉਹਨੂੰ ਵੀ ਪੜਾ ਲਗਾ ਕੇ ਕੁੜੀ ਨੂੰ ਵੀ ਕੈਨੇਡਾ ਚ ਬਾੜਤਾ ਤੈਨੂੰ ਵਿਆਹ ਕੇ ਆਪਣੇ ਘਰ ਆਇਆ ਵਧੀਆ ਨਜ਼ਾਰੇ ਲੁੱਟਦਾ ਮੈਂ ਟਰੈਕਟਰ ਨਾਲ ਤਾਂ ਮੈਂ ਫੇਰ ਦੇਤਾ ਟਰੈਕਟਰ ਨੂੰ ਠੀਕ ਮੈਂ ਹੁਣ ਨਵਾਂ ਆਪੋ ਦੇਖਾਂਗੇ ਜੇ ਮਹਾਰਾਜ ਕਹੋਚਾ ਕਰਦਾ ਨਵਾਂ ਲੈਣਾ ਆਪਾਂ ਨਹੀਂ ਹਲੇ ਤਾਂ ਕੋਈ ਸੁਪਿਆ ਨਹੀਂ ਇਹ ਹੁਣ 6 ਮਹੀਨੇ ਵਾਲੇ ਵਿਹਲੇ ਝੋਨਾ ਲੱਗਾ ਅਜੇ ਤਾਂ ਫ੍ਰੀ ਆ ਨਾ ਝੋਨਾ ਲੱਗਾ ਆ ਤੇ ਫੇਰ ਆਉਣ ਗਾਹਾਂ ਲੈ ਲਵਾਂਗੇ ਜੇ ਨਾ ਹੀ ਸਰਿਆ ਠੀਕ ਆ ਬਾਕੀ ਜਿਹੜੇ ਜਿੱਦਾਂ ਦਾ ਫੋਟੋ ਜਿੱਦਾਂ ਦਾ ਲੈਣਾ ਜਿੱਦਾਂ ਦਾ ਫੋਟੋ ਵਿੱਚ ਨਹੀਂ ਚਲੋ ਜਿੱਦਾਂ ਦਾ ਮਹਾਰਾਜ ਕਰੂਗਾ ਲੈ ਦੂਗਾ ਕੱਲ ਕੇ ਆਵਾ ਮੰਮੀ ਤੈਨੂੰ ਕਿਦਾਂ ਲੱਗਦਾ ਟਰੈਕਟਰ ਦੇ ਓ ਮੰਮੀ ਸਟਾਈਲ ਮਾਰ ਕੇ ਬੈਠੀ ਨਹੀਂ ਤੈਨੂੰ ਲੱਗਦਾ ਮੰਮੀ ਕਿਦਾਂ ਦਾ ਲੱਗਣਾ ਚਲੋ ਹੁਣ ਜਿੱਦਾਂ ਦਾ ਆਉਣਾ ਆ ਹੀ ਜਾਣਾ ਬਿਲਕੁਲ ਵਧੀਆ ਸੀਗਾ ਰਾਤ ਨੂੰ ਗਿਆ ਘਰ ਜਾਂਦੇ ਮੈਂ ਕਰਾਲ ਕੱਢੀ ਅੱਗੇ ਕਦੇ ਨੀ ਉਹਨੇ ਖਰਾਬ ਕੀਤਾ ਉਹਨੂੰ ਪਤਾ ਲੱਗ ਗਿਆ ਸੀਗਾ ਮੈਨੂੰ ਨੀ ਦੇ ਦੇਣਾ ਚਲੋ ਚੱਲ ਚੱਲ ਉਂਗਲੀਆਂ ਚੱਟੀ ਜਾਂਦੀ ਤੇ ਅੰਬ ਖਾ ਕੇ ਮੇਰਾ ਅੰਬ ਮੈਨੂੰ ਗੁੜਲੀ ਛੱਡ ਦਿੱਤੀ ਹੋਣੀ ਹੋਰ ਚਲੋ ਠੀਕ ਆ ਆ ਗਿਆ ਨੀ ਉਹੀ ਬਿੱਲੋ ਟਾਈਮ ਚਲੋ ਕੋਈ ਚੱਕਰ ਨੀ ਹੈ ਐਂ ਸਾਡਾ ਤਾਂ ਹਾਸਾ ਮਜ਼ਾਕ ਚੱਲ ਰਿਹਾ ਛਿੱਤਰ ਕਹਿੰਦੇ ਪੈਂਦੇ ਰਹਿੰਦੇ ਕੋਈ ਚੱਕਰ ਨੀ ਏਡਾ ਪਿਆਰ ਬਹੁਤ ਸਾਡੇ ਪਾਸ ਹੁਣ ਕਹਿੰਦੇ ਏਦਾਂ ਕਹਿਣਾ ਠੀਕ ਆ ਅਸੀਂ ਰੋਟੀ ਵੀ ਖਾ ਲਈ ਸੀ ਨਾ ਮੈਂਗੋ ਵੀ ਖਾਦਾ ਅਸੀਂ ਗੱਲਾਂ ਵੀ ਕਰ ਲਈਆਂ ਹੁਣ ਡੈਡੀ ਦੇ ਵਿਚਾਰ ਤੁਸੀਂ ਸੁਣ ਲਏ ਹੋਣੇ ਆ ਜਦੋਂ ਹੁਣ ਮੈਂ ਗਿਫਟ ਦੂੰਗਾ ਤੁਸੀਂ ਸਾਨੂੰ ਸੋਚ ਕੇ ਦੇਖੋ ਕਿੰਨਾ ਵਧੀਆ ਡੈਡੀ ਕਹਿੰਦੇ ਆਪੋ ਬਲੇ ਸਾਡੀ ਵੀਡੀਓ ਨਹੀਂ ਸ਼ੋ ਹੁੰਦੀ ਮੈਂ ਕਿਹਾ ਡੈਡੀ ਹਜੇ ਪਾਉਣੀ ਨਹੀਂ ਥੱਕੇ ਹੋਏ ਆ ਮੈਂ ਕਿਹਾ ਹੁਣ ਦੋ ਤਿੰਨ ਦਿਨ ਨਾਗਾ ਬਣਾ ਲੈ ਬਣਾਉਂਦੇ ਤਾਂ ਫਿਰਦੇ ਸੀ ਕਿ ਬਣੀ ਨਹੀਂ ਡੈਡੀ ਮੈਂ ਕਿਹਾ ਦਿਲ ਨਹੀਂ ਕੀਤਾ ਡੈਡੀ ਅੱਜ ਕੱਲ੍ਹ ਦੋ ਤਿੰਨ ਦਿਨ ਹੁਣ ਬਣਾਉਣੀ ਡੈਡੀ ਨੇ ਦੇ ਕੇ ਆਇਆ ਹੁਣ ਆਪਾਂ 3-4 ਦਿਨ ਦਾ ਦੇਖਾਂਗੇ ਟਰੈਕਟਰ ਫਿਰ ਉਸ ਤੋਂ ਬਾਅਦ ਵਿੱਚ ਆਪਾਂ ਕੀ ਕਰਾਉਣਾ ਬੁਕਿੰਗ ਫਿਰ ਇੱਕ ਦਿਨ ਸ਼ਾਇਦ ਮਿਲ ਜੂਗਾ ਕਿਉਂਕਿ ਕਿਹੜਾ ਗੱਡੀ ਕਿਹੜਾ ਆਉਂਦਾ ਮੈਂ ਲੈ ਜਾਣਾ ਡੈਡੀ ਨੂੰ ਬਾਅਦ 'ਚ ਪਤਾ ਲੱਗੇ ਜਦੋਂ ਤਾਂ ਉਦੋਂ ਲੱਗੇ ਡੈਡੀ ਨੂੰ ਕੀ ਕੀਤਾ ਜੋ ਡੈਡੀ ਨੂੰ ਨਾਲ ਬਿਠਾ ਕੇ ਲੈ ਜਾਈਏ ਗੱਡੀ ਲਈ ਜਾ ਕੇ ਤਾਂ ਲਈਏ ਵਿਆਹ ਡੈਡੀ ਤੇਰਾ ਆਇਆ ਹਨਾ ਚੰਗਾ ਫਿਰ ਹੁਣ ਤੁਹਾਨੂੰ ਮਿਲਦੇ ਆਪਾਂ ਕੱਲ੍ਹ ਦੀ ਵੀਡੀਓ 'ਚ ਤਾਂ ਗੱਲਾਂ ਬਾਤਾਂ ਨਾਲੇ ਵਲੋਗ ਪੂਰੇ ਕਰਦੇ ਹਾਂ ਕਹਿੰਦੇ ਕਿ ਹਜੇ ਅਸੀਂ ਥਕਾਵਟ 'ਚ ਹੀ ਹੈ ਟ੍ਰਿਪ ਦੀ 'ਚ ਕੱਲ੍ਹ ਨੂੰ ਹੁਣ ਆਪਾਂ ਰਿਲੈਕਸ ਹੋ ਕੇ ਪਹਿਲਾਂ ਜਾਵਾਂਗੇ ਜਾ ਕੇ ਦੇਖਾਂਗੇ 2-4 ਟਰੈਕਟਰ ਜਿਹੜੇ ਜਿਹੜੇ ਹੋਏ ਕੱਲ੍ਹ ਇੱਕ ਜਾਂ 2 ਜਾਂ ਅਸੀਂ ਕੱਲ੍ਹ ਦੇਖਾਂਗੇ 2 ਵੀ ਜਾ ਕਰ ਪਰਸੋਂ ਦੇਖਾਂਗੇ ਫਿਰ ਬਸ ਤੇ ਹੁਣ ਮਿਲਦੇ ਆ ਕੱਲ੍ਹ ਦੀ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤੇ ਬਾਕੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਬਾਕੀ ਚੰਗਾ ਜੀ ਬਾਏ ਬਾਏ ਬਾਕੀ ਬਾਕੀ ਨੇ ਕਰੀ ਜਾਣਾ ਚੱਲ 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 ਡਿਸਕ੍ਰਿਪਸ਼ਨ ਚ ਹੁੰਦਾ ਹੈ ਉੱਥੇ ਜਾ ਕੇ ਐਡ ਕਰ ਲਿਓ ਬਸ ਬਸ ਚੁੱਪ ਓਕੇ ਚੰਗਾ ਜੀ ਬਾਏ
ਕੱਲ ਦੀ ਵੀਡੀਓ ਦੀ ਵੇਟ ਕਰੋ ਹੁਣ ਢਿੱਡ ਤੇ ਹੀ ਮਾਰਨਾ ਹੋਗਾ ਆਪਣਾ ਪਾਲਿਆ ਹੋਇਆ ਆ।